ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਗ੍ਰਿਫਤਾਰ ਸਾਥੀਆਂ ਵਿੱਚੋਂ ਐਡਵੋਕੇਟ ਜਿਸਪਾਲ ਸਿੰਘ ਮੰਜੂਪੁਰ ਨੂੰ ਪੁਲਿਸ ਹਿਰਾਸਤ ਤੋਂ ਬਾਹਰ ਆ ਕੇ ਦੱਸਿਆ ਕਿ ਉਹਨਾਂ ਨੂੰ ਪੁਲਿਸ ਥਾਣਾ ਸਦਰ ਲੁਧਿਆਣਾ ਨੇ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਅੱਜ ਮੈਨੂੰ ਛੱਡ ਦਿੱਤਾ ਗਿਆ ਹੈ ਨਾਲ ਨਾਲ ਹੀ ਜਾਣਕਾਰੀ ਦਿੱਤੀ ਕਿ ਭਾਈ ਅਮਰਤਪਾਲ ਸਿੰਘ ਨੇ ਮਾਮਲੇ ਵਿੱਚ 154 ਗ੍ਰਿਫਤਾਰੀਆਂ ਦੀ ਸੂਚੀ ਜਾਰੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਿਆਂ ਨੇ ਵੀਰਾਂ ਭਰਾਵਾਂ ਪੱਤਰਕਾਰਾਂ ਨੇ ਸਾਡੇ ਬਾਦ ਐਸੋਸੀਏਸ਼ਨ ਅਤੇ ਲੁਧਿਆਣਾ ਦੇ ਪ੍ਰਧਾਨ ਚੇਤਨ ਸ਼ਰਮਾ ਤੇ ਸਾਡੇ ਵੱਡੇ ਵੀਰ ਐਡਵੋਕੇਟ ਗੁਰਮੀਤ ਸਿੰਘ ਰੱਤੂ ਭਾਜੀ ਉਹਨਾਂ ਨੇ ਸਾਥ ਦਿੱਤਾ ਜਿਹਦੇ ਨਾਲ ਅੱਜ ਪੰਜਾਬ ਪੁਲਿਸ ਵੱਲੋਂ ਜਿਹੜੀ ਸਦਰ ਥਾਣਾ ਲੁਧਿਆਣਾ ਵੱਲੋਂ ਮੈਨੂੰ ਸੱਦਿਆ ਗਿਆ ਸੀ ਪਹਿਲਾਂ ਆ ਕੇ ਉਹ 5:30 ਵਜੇ ਆ ਕੇ ਲੈ ਗਏ ਸੀ ਲਲਤੋ ਚੌਂਕੀ ਵਾਲੇ ਵੀ ਤੁਹਾਡੇ ਕੋ ਕੋਈ ਡੀਐਸਪੀ ਸਾਹਿਬ ਨੇ ਪੁੱਛਗਿੱਛ ਕਰਨੀ ਆ ਤੇ ਉਹ ਚੌਂਕੀ ਜਾਣਾ ਮੈਂ ਕਿਹਾ ਚਲੋ ਦੱਸੋ ਮੈਂ ਤਾਂ ਉਦੋਂ ਕਿਹਾ ਵੀ ਜੇ ਕੋਈ ਅੱਗੇ ਦੀ ਗੱਲ ਹੈਗੀ ਦੱਸ ਦਿਓ ਮੈਂ ਕੱਪੜੇ ਸਮਾਨ ਚੱਕ ਲਵਾਂ ਵਾਦ ਉਹ ਕਹਿੰਦੇ ਨਹੀਂ ਫੇਰ ਉਹ ਚੌਕੀ ਤੋਂ ਥਾ ਉਹ ਥਾਣਾ ਸਦਰ ਚਲੇ ਗਏ ਉੱਥੇ ਉਹਨਾਂ ਨੇ ਡੀਐਸਪੀ ਨਾਲ ਗੱਲ ਕੀਤੀ ਮੈਂ ਫੇਰ ਉਹ ਪੁਛਗੇ ਸੀ ਲਿਖਣ ਲੱਗੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਪੁਛਗੇ ਨਹੀਂ ਮੈਂ ਕੋਈ ਲਿਖਾਉਣੀ ਮੈਂ ਅਪਰਾਧੀ ਨਹੀਂ ਜਾਦਾ ਮੇਰੀ ਅਰੈਸਟ ਪਾਓ ਜਾਂ ਮੈਨੂੰ ਦੱਸੋ ਕਿਹੜੇ ਡੀਐਸਪੀ ਨੂੰ ਮਿਲਣਾ ਤਾਂ ਫੇਰ ਉਹਨਾਂ ਨੇ ਬਾਅਦ ਦੇ ਵਿੱਚ ਕਹਿਤਾ ਵੀ ਨਹੀਂ ਤੁਹਾਨੂੰ ਅਸੀਂ ਸਵੇਰੇ ਏਡੀਸੀਪੀ ਦੀ ਜਿਹੜੀ ਅਦਾਲਤ ਹੁੰਦੀ ਮੈਜਿਸਟ੍ਰੇਟ ਦੀ 751 ਜਾਦੇ ਤਹਿਤ ਤੁਹਾਨੂੰ ਪੇਸ਼ ਕਰਾਂਗੇ ਕੱਲ ਜੇਲ੍ਹ ਭੇਜਾਂਗੇ ਤੋਂ ਉਸੇ ਵੇਲੇ ਮੈਂ ਫੇਰ ਮੀਡੀਆ ਦੇ ਜਾਂ ਘਰੇ ਜਿਨ੍ਹਾਂ ਨੂੰ ਕਹਿ ਕੇ ਗਿਆ ਸੀਗਾ ਤੇ ਉਹਨਾਂ ਨੇ ਫਿਰ ਸਾਡੇ ਪਾਸੇ ਫੋਨ ਖੜ ਕੇ ਗਏ ਮੇਰੇ ਐਸੋਸੀਏਟ ਮਨਜੋਤ ਸਿੰਘ ਐਡਵੋਕੇਟ ਤੇ ਆਨੰਦ ਕੁਮਾਰ ਆਪਣੇ ਗਰਮੀਤ ਸਿੰਘ ਤੱਤੂ ਤੇ ਉਹਨਾਂ ਨੂੰ ਮਿਲ ਪਏ ਸੀ ਚੇਤਨ ਵਰਮਾ ਜੋ ਪ੍ਰਧਾਨ ਆ ਸਾਡੇ ਬਾਦ ਦੇ ਉਹਨਾਂ ਨੇ ਫਿਰ ਆਈਜੀ ਨੂੰ ਹੋਰ ਤਾਂ ਫੋਨ ਕੀਤੇ ਤੇ ਸਾਡੇ ਪਾਸਿਓ ਬਾਦ ਦੇ ਨਾਲ ਦੇ ਨਾਲ ਮੀਡੀਆ ਜਿੰਨੇ ਵੀ ਖਬਰਖਾਨੇ ਹੈਗੇ ਸਾਦਿਆਂ ਨੇ ਸਾਡੇ ਪਾਸੇ ਖਬਰ ਜਿਹੜੀ ਆ ਉਹ ਪਹੁੰਚ ਗਈ ਤੇ ਸਾਡੇ ਪਾਸਿਓ ਤਾਰਾ ਖੜਕ ਗਈਆਂ ਤਾਂ ਫਿਰ ਉਹ ਪਹਿਲਾਂ ਕਹਿੰਦੇ ਸੀ ਵੀ ਛੋਟੀ ਬੋਨ ਤੇ ਛੱਡਾਂਗੇ ਬਾਦ ਦੇ ਵਿੱਚ ਉਹਨਾਂ ਨੇ ਪਰਸਨਲ ਬੋਨ ਦੇ ਉੱਤੇ ਛੱਡਿਆ ਤੇ ਸ਼ਾਇਦ ਉਹਨਾਂ ਨੇ ਕੋਈ ਅਜੇ ਤੱਕ ਡੀਡੀਆ ਨੰਬਰ ਵੀ ਦਿੱਤਾ ਨਹੀਂ ਪਰ ਉਹ ਸ਼ਾਇਦ ਉਹਦੇ ਤੇ ਵੀ ਉਹਨਾਂ ਨੂੰ ਮਨਾ ਕਰ ਦੇਣ ਸੋ ਇਹ ਕਾਰਜ ਜੋ ਪੰਜਾਬ ਲਾਇਲਜ਼ ਵੱਲੋਂ ਕੀਤਾ ਜਾ ਰਿਹਾ ਸੀ ਲਿਸਟ ਜਾਰੀ ਕੀਤੀ ਗਈ ਸੀ ਕਿ ਜਿਨ੍ਹਾਂ ਨੂੰ ਆਪਰੇਸ਼ਨ ਕਾਸੋ ਦੇ ਤਹਿਤ ਅਰੈਸਟ ਕੀਤਾ ਗਿਆ ਸੀਗਾ ਤੇ ਹੋਰ ਵੀ ਪੈਰਵਾਈ ਜਿਹੜੀ ਕੀਤੀ ਜਾ ਰਹੀ ਸੀ ਉਹਦੇ ਸਬੰਧ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਸੱਦਿਆ ਸੀਗਾ ਸੋ ਮੈਂ ਕਿਹਾ ਵੀ ਇਹ ਤਾਂ ਅਸੀਂ ਕੰਮ ਜਾਰੀ ਰੱਖਣਾ ਤੁਸੀਂ ਕੇਸ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਫਿਰ ਉਹਨਾਂ ਨੇ ਸ਼ਰਤਾ ਤੇ ਸੰਗਤਾਂ ਦੇ ਚਲਾਂ ਦੇ ਵਿੱਚ ਧੰਨ 시ਦ ਗੁਰਗੰਸਾ ਮਹਾਰਾ ਅਕਾਲ ਪੁਰਖ ਵਾਹਿਗੁਰੂ ਦਾ ਤੇ ਸਾਰਿਆਂ ਦਾ ਸਾਥ ਦੇਣ ਵਾਲਾ ਬਹੁਤ ਬਹੁਤ ਧੰਨਵਾਦ ਇਹ ਕੰਮ ਜਾਰੀ ਸੀ ਲੀਗਲ ਪੈਰਵਾਈ ਦਾ ਹੈ ਤੇ ਸਦਾ ਰਹੇਗਾ ਤੁਹਾਡੇ ਅਸ਼ੀਰਵਾਦ ਤੇ ਪ੍ਰੇਰਨਾ ਦੇ ਸਦਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ